ਮੈਨੂੰ ਇੰਜ ਲੱਗਦਾ ਹੈਗਾ ਵੀ ਉਹ ਇੱਕ ਰਾਕਸ਼ਸ ਹੈ ਬਾਦਲ ਜੇ ਉਹਨੂੰ ਉਹ ਖਾਈ ਜਾਵੇ ਨਾ ਫਿਰ ਵੀ ਨਹੀਂ ਰਜਣਾ ਹੈ। ਈਜੀਐਸ ਦੇ ਅਧਿਆਪਕਾਂ ਵੱਲੋਂ ਚੱਲ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੁਣ ਤੇਜ਼ੀ ਨਾਲ ਹੋਰ ਵੱਧਦਾ ਜਾ ਰਿਹਾ ਹੈ। ਦੱਸ ਦਈਏ ਪਿਛਲੇ ਦਿਨੀ ਈਜੀਐਸ ਦੇ ਅਧਿਆਪਕਾਂ ਨੇ ਬਠਿੰਡਾ ਵਿਖੇ ਪ੍ਰਦਰਸ਼ਨ ਕੀਤਾ ਜਿਸ ਵਿੱਚ ਕਿ ਉਹਨਾਂ ਸ਼ਰੇਆਮ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਲਗਾਏ। ਬਾਅਦ 'ਚ ਉਹਨਾਂ ਨੂੰ ਪੁਲਿਸ ਦੇ ਰੋਕਣ 'ਤੇ ਉਹਨਾਂ ਨਾਲ ਚੱਲ ਰਹੀ ਨਹਿਰ ਵਿੱਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਉਹਨਾਂ ਬਾਦਲ ਪਰਿਵਾਰ 'ਤੇ ਸ਼ਰੇਆਮ ਬਿਆਨ ਕੱਸੇ ਨੇ। ਕੀ ਕਹਿ ਰਹੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹ ਤੁਹਾਨੂੰ ਸੁਣਾਉਂਦੇ ਆ। ਟੈਂਕੀ ਦੇ ਉੱਪਰ ਬੈਠੇ ਹੈਗੇ ਆ, ਪੋਇਜ਼ਨ ਹੈ ਸਾਡੇ ਕੋਲ, ਪੈਟਰੋਲ ਵੀ ਹੈ, ਸਾਡੇ ਵੀ ਛੋਟੇ ਛੋਟੇ ਬੱਚੇ ਹੈ, ਅਸੀਂ ਵੀ ਉਹਨਾਂ ਦੀ ਖਾਤਰ ਉੱਪਰ ਚੜ੍ਹੇ ਹਾਂ। ਸਾਡਾ ਵੀ ਸਰ ਦਿਲ ਨਹੀਂ ਕਰਦੇ ਆ, ਸਾਡੇ ਸਾਰੇ ਭੈਣ ਭਰਾ ਥੱਲੇ ਬੈਠੇ ਆ। ਕਿਹਦੇ ਲਈ ਬੈਠੇ ਆ? ਸਾਡੇ ਲਈ ਬੈਠੇ ਆ, ਅਸੀਂ ਉਹਨਾਂ ਲਈ ਬੈਠੇ ਆ। ਜਾ ਚੁੱਕੇ ਆ, ਸਾਡੇ ਤਿੰਨ ਜਾਨਾਂ ਇੰਨੀਆਂ ਕੀਮਤੀ ਜਾਨਾਂ, ਉਹ ਵੀ ਕਿਸੇ ਦੇ ਬੱਚੇ ਸੀ। ਟਾਇਰ ਮੈਨੂੰ ਲੱਗਦਾ ਬਾਦਲ ਸਾਹਿਬ ਨੂੰ ਨਾ ਕੁਰਬਾਨੀਆਂ ਲੈਣ ਦੀ ਆਦਤ ਜੀ ਹੋ ਗਈ। ਕਹਿੰਦੇ ਨੇ ਇੱਕ ਰਾਕਸ਼ਸ ਹੁੰਦਾ, ਉਹ ਖਾ ਕੇ ਹੀ ਕੁਛ ਦਿੰਦਾ ਹੈਗਾ, ਹਨਾ। ਉਹ ਬਾਦਲ ਸਾਹਿਬ ਉਹ ਰਾਕਸ਼ਸ ਹੈਗੇ ਆ, ਮੈਨੂੰ ਇੰਜ ਲੱਗਦਾ ਹੈਗਾ ਵੀ ਉਹ ਇੱਕ ਰਾਕਸ਼ਸ ਹੈ ਬਾਦਲ। ਜੇ ਉਹਨੂੰ ਉਹ ਖਾਈ ਜਾਵੇ ਨਾ ਫਿਰ ਵੀ ਨਹੀਂ ਰੱਜਣਾ ਹੈਗਾ। ਇਹਨਾਂ ਅਧਿਆਪਕਾਂ ਨੇ ਗੁੱਸੇ 'ਚ ਸਿਰਫ ਬੋਲਿਆ ਹੀ ਨਹੀਂ ਬਲਕਿ ਇਹ ਪੈਟਰੋਲ ਅਤੇ ਜ਼ਹਿਰ ਦੀਆਂ ਬੋਤਲਾਂ ਲੈ ਕੇ ਬਾਘਾ ਪੁਰਾਣਾ ਵਿਖੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਅਤੇ ਆਪਣੀ ਜਾਨ ਦੇਣ ਦੀ ਗੱਲ ਕੀਤੀ। ਉਹਨਾਂ ਬਾਦਲ ਸਾਹਿਬ ਦੇ ਪੁਤਲੇ ਵੀ ਸਾੜੇ ਅਤੇ ਕਿਹਾ ਜੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਕੁਝ ਵੀ ਕਰ ਸਕਦੇ ਨੇ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਅਤੇ ਕਦੋਂ ਤੱਕ ਇਹਨਾਂ ਨੂੰ ਹੋਰ ਸੰਘਰਸ਼ ਕਰਨਾ ਪਵੇਗਾ। ਬਿਊਰੋ ਰਿਪੋਰਟ, ਚੈਨਲ 7 ਰੰਗ।